ਮਸ਼ਹੂਰ ਟਰੈਵਲ ਏਜੰਟ ਵਿਨੇ ਹਰੀ ਦੇ ਦਫ਼ਤਰ ਦੇ ਵਿੱਚ ਅਚਾਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਕਾਰਨ ਸਾਰਾ ਦਫ਼ਤਰ ਹੀ ਸੜ ਕੇ ਸੁਆਹ ਹੋਇਆ, ਜਿਸ ਦੇ ਕਾਰਨ ਇੱਕ ਵੱਡਾ ਨੁਕਸਾਨ ਹੋਇਆ। ਤਾਂ ਰਾਤ ਨੂੰ 1:30 ਵਜੇ ਦੇ ਕਰੀਬ ਕਿਹਾ ਜਾ ਰਿਹਾ ਕਿ ਅਚਾਨਕ ਹੀ ਵਿਨੇ ਹਰੀ ਦੇ ਦਫ਼ਤਰ ਦੇ ਵਿੱਚ ਅੱਗ ਲੱਗਦੀ ਹੈ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਚੱਲ ਸਕਿਆ, ਪਰ ਕਿਹਾ ਜਾ ਰਿਹਾ ਕਿ ਨਾਲ ਕਰੀਬ 5 ਦੁਕਾਨਾਂ ਹੋਰ ਵੀ ਅੱਗ ਦੀ ਚਪੇਟ ਦੇ ਵਿੱਚ ਆਈਆਂ ਨੇ, ਜਿਸ ਦੇ ਕਾਰਨ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਤੇ 15 ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ਦੇ ਉੱਤੇ ਪਹੁੰਚ ਕੇ ਅੱਗ ਦੇ ਉੱਤੇ ਕਾਬੂ ਪਾਇਆ। ਤਾਂ ਜਲੰਧਰ ਦੇ ਵਿੱਚ ਕਿਹਾ ਜਾ ਰਿਹਾ ਕਿ ਅੱਗ ਲੱਗੀ ਹੈ। ਜਲੰਧਰ ਦੇ ਵਿੱਚ ਵੀ ਵਿਨੇ ਹਰੀ ਦਾ ਦਫ਼ਤਰ ਹੈ, ਉਸ ਦਫ਼ਤਰ ਦੇ ਵਿੱਚ ਕਿਹਾ ਜਾ ਰਿਹਾ ਕਿ ਅਚਾਨਕ ਹੀ ਅੱਗ ਲੱਗੀ ਹੈ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ, ਪਰ ਇੱਕ ਪਾਸੇ ਇਹ ਵੀ ਕਿਹਾ ਜਾ ਰਿਹਾ ਕਿ ਹੋ ਸਕਦਾ ਅੱਗ ਸ਼ਾਰਟ ਸਰਕਟ ਦੇ ਕਾਰਨ ਲੱਗੀ ਹੋਵੇ। ਤਾਂ ਦੱਸ ਦਈਏ ਕਿ ਮਸ਼ਹੂਰ ਟਰੈਵਲ ਏਜੰਟ ਨੇ ਵਿਨੇ ਹਰੀ ਉਹਨਾਂ ਦੇ ਦਫ਼ਤਰ ਦੇ ਵਿੱਚ ਅੱਗ ਲੱਗੀ ਹੈ, ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਕਈ ਲੋਕਾਂ ਦੇ ਪਾਸਪੋਰਟ ਅਤੇ ਵੀਜ਼ੇ ਵੀ ਸੀ ਉਹ ਵੀ ਸੜ ਕੇ ਸੁਆਹ ਹੋ ਗਏ ਨੇ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਜਲੰਧਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਵਿਨੇ ਹਰੀ ਦੇ ਦਫ਼ਤਰ 'ਚ ਅੱਗ ਲੱਗੀ, ਉੱਥੇ ਹੀ 5 ਦੁਕਾਨਾਂ ਹੋਰ ਇਸ ਦੀ ਚਪੇਟ ਦੇ ਵਿੱਚ ਆਈਆਂ ਨੇ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਵੀ ਪਤਾ ਲਗਾਇਆ ਜਾ ਰਿਹਾ ਕਿ ਆਖਰ ਅੱਗ ਲੱਗੀ ਕਿਵੇਂ ਹੈ। ਹੁਣ ਤੱਕ ਕਿੰਨਾ ਕੁ ਨੁਕਸਾਨ ਅੰਦਰ ਪਤਾ ਲੱਗਾ ਕਿ ਸਾਰਾ ਕੁਛ ਸੜ ਗਿਆ? ਕੁਛ ਵੀ ਨਹੀਂ ਬਚਿਆ, ਕੁਛ ਬਚਿਆ। ਕਾਰਨ ਵਗੈਰਾ ਪਤਾ ਲੱਗਾ ਕੁਛ? ਪਤਾ ਨਹੀਂ। ਅੰਦਰ ਤਾਂ ਪਾਸਪੋਰਟ ਵਗੈਰਾ ਵੀ ਬਹੁਤ, ਵੀਜ਼ੇ ਵਗੈਰਾ ਕੁਛ ਹੋਣਾ ਜੀ, ਡਾਕੂਮੈਂਟਸ ਹਨ ਮਸ਼ਹੂਰ ਟਰੈਵਲ ਏਜੰਟ ਵਿਨੇ ਹਰੀ ਦੇ ਦਫ਼ਤਰ ਦੇ ਵਿੱਚ ਅਚਾਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਕਾਰਨ ਸਾਰਾ ਦਫ਼ਤਰ ਹੀ ਸੜ ਕੇ ਸੁਆਹ ਹੋਇਆ, ਜਿਸ ਦੇ ਕਾਰਨ ਇੱਕ ਵੱਡਾ ਨੁਕਸਾਨ ਹੋਇਆ। ਤਾਂ ਰਾਤ ਨੂੰ 1:30 ਵਜੇ ਦੇ ਕਰੀਬ ਕਿਹਾ ਜਾ ਰਿਹਾ ਕਿ ਅਚਾਨਕ ਹੀ ਵਿਨੇ ਹਰੀ ਦੇ ਦਫ਼ਤਰ ਦੇ ਵਿੱਚ ਅੱਗ ਲੱਗਦੀ ਹੈ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਚੱਲ ਸਕਿਆ, ਪਰ ਕਿਹਾ ਜਾ ਰਿਹਾ ਕਿ ਨਾਲ ਕਰੀਬ 5 ਦੁਕਾਨਾਂ ਹੋਰ ਵੀ ਅੱਗ ਦੀ ਚਪੇਟ ਦੇ ਵਿੱਚ ਆਈਆਂ ਨੇ, ਜਿਸ ਦੇ ਕਾਰਨ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਤੇ 15 ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ਦੇ ਉੱਤੇ ਪਹੁੰਚ ਕੇ ਅੱਗ ਦੇ ਉੱਤੇ ਕਾਬੂ ਪਾਇਆ। ਤਾਂ ਜਲੰਧਰ ਦੇ ਵਿੱਚ ਕਿਹਾ ਜਾ ਰਿਹਾ ਕਿ ਅੱਗ ਲੱਗੀ ਹੈ। ਜਲੰਧਰ ਦੇ ਵਿੱਚ ਵੀ ਵਿਨੇ ਹਰੀ ਦਾ ਦਫ਼ਤਰ ਹੈ, ਉਸ ਦਫ਼ਤਰ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਅਚਾਨਕ ਹੀ ਅੱਗ ਲੱਗੀ ਹੈ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ, ਪਰ ਇੱਕ ਪਾਸੇ ਇਹ ਵੀ ਕਿਹਾ ਜਾ ਰਿਹਾ ਕਿ ਹੋ ਸਕਦਾ ਅੱਗ ਸ਼ਾਰਟ ਸਰਕਟ ਦੇ ਕਾਰਨ ਲੱਗੀ ਹੋਵੇ। ਤਾਂ ਦੱਸ ਦਈਏ ਕਿ ਮਸ਼ਹੂਰ ਟਰੈਵਲ ਏਜੰਟ ਨੇ ਵਿਨੇ ਹਰੀ ਉਹਨਾਂ ਦੇ ਦਫ਼ਤਰ ਦੇ ਵਿੱਚ ਅੱਗ ਲੱਗੀ ਹੈ, ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਕਈ ਲੋਕਾਂ ਦੇ ਪਾਸਪੋਰਟ ਅਤੇ ਵੀਜ਼ੇ ਵੀ ਸੀ ਉਹ ਵੀ ਸੜ ਕੇ ਸੁਆਹ ਹੋ ਗਏ ਨੇ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਜਲੰਧਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਵਿਨੇ ਹਰੀ ਦੇ ਦਫ਼ਤਰ 'ਚ ਅੱਗ ਲੱਗੀ, ਉੱਥੇ ਹੀ 5 ਦੁਕਾਨਾਂ ਹੋਰ ਇਸ ਦੀ ਚਪੇਟ ਦੇ ਵਿੱਚ ਆਈਆਂ ਨੇ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਵੀ ਪਤਾ ਲਗਾਇਆ ਜਾ ਰਿਹਾ ਕਿ ਆਖਰ ਅੱਗ ਲੱਗੀ ਕਿਵੇਂ ਹੈ। ਹੁਣ ਤੱਕ ਕਿੰਨਾ ਕੁ ਨੁਕਸਾਨ ਅੰਦਰ ਪਤਾ ਲੱਗਾ ਕਿ ਸਾਰਾ ਕੁਛ ਸੜ ਗਿਆ? ਕੁਛ ਵੀ ਨਹੀਂ ਬਚਿਆ, ਕੁਛ ਬਚਿਆ। ਕਾਰਨ ਵਗੈਰਾ ਪਤਾ ਲੱਗਾ ਕੁਛ? ਪਤਾ ਨਹੀਂ। ਅੰਦਰ ਤਾਂ ਪਾਸਪੋਰਟ ਵਗੈਰਾ ਵੀ ਬਹੁਤ, ਵੀਜ਼ੇ ਵਗੈਰਾ ਕੁਛ ਹੋਣਾ ਜੀ, ਡਾਕੂਮੈਂਟਸ ਹਨ ਕੁਛ ਹੋਣਾ।